ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਕਾਫਿਲੇ ਦੀ ਇੱਕ ਪਾਇਲਟ ਗੱਡੀ ਬੀਤੀ ਦੇਰ ਰਾਤ ਹਾਦਸਾਗ੍ਰਸਤ ਹੋਣ ਕਾਰਨ ਇੱਕ ਦੀ ਮੌਤ ਹੋ ਗਈ, ਜਦਕਿ 4 ਜਣੇ ਗੰਭੀਰ ਜ਼ਖਮੀ ਹੋਏ ਹਨ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਮਜੀਠੀਆ ਦੀ ਪਾਇਲਟ ਗੱਡੀ ਬਠਿੰਡਾ ਵੱਲ ਨੂੰ ਜਾ ਰਹੀ ਸੀ ਅਤੇ ਉਸ ਵਿੱਚ CISF ਦੇ ਜਵਾਨ ਸਵਾਰ ਸਨ। ਇਸ ਦੌਰਾਨ ਮੋਗਾ ਦੇ ਕੋਟਕਪੂਰਾ ਬਾਈਪਾਸ 'ਤੇ ਪਾਇਲਟ ਗੱਡੀ ਦੀ ਟਰੱਕ ਨਾਲ ਸਿੱਧੀ ਟੱਕਰ ਹੋ ਗਈ, ਜਿਸ ਕਾਰਨ ਇੱਕ ਜਵਾਨ ਦੀ ਮੌਤ ਹੋ ਗਈ ਅਤੇ 4 ਜਵਾਨ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਲੁਧਿਆਣਾ ਦੇ DMC ਰੈਫਰ ਕੀਤਾ ਗਿਆ ਹੈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਪਾਇਲਟ ਗੱਡੀ ਦੇ ਬੁਰੀ ਤਰ੍ਹਾਂ ਪਰ ਖੱਚੇ ਉੱਡ ਗਏ। ਇਸ ਸੰਬੰਧੀ DSP ਪਰਮਜੀਤ ਸੰਧੂ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਅਤੇ ਪੁਲਿਸ ਨੇ ਟਰੱਕ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਰੇ ਗਏ ਜਵਾਨ ਦਾ ਨਾਮ ਗੁੱਡੂ ਕੁਮਾਰ ਹੈ। ਰਾਤ ਇੱਥੇ ਕੋਟਪੁਰਾ ਚੌਂਕ ਤੋਂ ਬਿਕਰਮਜੀਤ ਸਿੰਘ ਮਜੀਠੀਆ ਦੀ ਕਾਨਵੇ ਜਾ ਰਹੀ ਸੀਗੀ ਬਠਿੰਡਾ ਸਾਈਡ ਨੂੰ, ਅਤੇ ਥੋੜ੍ਹਾ ਅੱਗੇ ਬਾਈਪਾਸ ਦੇ ਉੱਤੇ ਜਾ ਕੇ ਇੱਕ ਪਿੱਛੇ ਸਕੌਟ ਗੱਡੀ ਦਾ ਐਕਸੀਡੈਂਟ ਹੋਇਆ ਜਿਹਦੇ 'ਚ CISF ਦੇ ਜਵਾਨ ਸਵਾਰ ਸੀਗੇ। ਉਹ ਗੱਡੀ ਦਾ ਐਕਸੀਡੈਂਟ ਸਾਹਮਣੇ ਆ ਰਿਹਾ, ਇੱਕ ਟਰੱਕ ਦੇ ਨਾਲ ਟਕਰਾਉਣ ਕਰਕੇ ਹੋਇਆ। ਉਹਦੇ ਵਿੱਚ ਇੱਕ ਜਵਾਨ ਦੀ ਜਿਹੜੀ ਹੈ ਉਹ ਮੌਤ ਹੋ ਗਈ ਸੀਗੀ, 4 ਜਵਾਨ ਉਹ ਜ਼ਖਮੀ ਨੇ ਜਿਹਨਾਂ ਨੂੰ ਅਸੀਂ ਹਸਪਤਾਲ DMC ਰੈਫਰ ਰਾਤ ਕਰਵਾਇਆ ਅਤੇ ਹਸਪਤਾਲ 'ਤੇ ਲਾ ਦਿੱਤੀ। ਟਰੱਕ ਦਾ ਡਰਾਈਵਰ ਰਾਤ ਮੌਕੇ ਤੋਂ ਦੌੜ ਗਿਆ ਸੀਗਾ, ਟਰੱਕ 'ਤੇ ਗੱਡੀਆਂ ਜਿਹੜੀਆਂ ਕਬਜ਼ੇ 'ਚ ਲੈ ਲਈਆਂ ਸੀਗੀਆਂ, ਉਹ ਤਫਤੀਸ਼ 'ਚ ਉਹਦਾ ਪਤਾ ਲੱਗ ਜੂ ਕੌਣ।